ਇੱਧਰ ਤੁਸੀਂ ਤਸਵੀਰਾਂ ਪਾਏ ਕਰ ਸਕਦੇ ਜੀ ਗੁਰੂ ਸਾਹਿਬ ਦੀਆਂ। ਇਹ ਏਅਰ ਗਨ ਹੁੰਦੀਆਂ ਨਾ, ਬਾਕੀ ਉਸਤਾਦ ਜੀ ਤੁਸੀਂ ਇੱਥੇ ਆਣ ਕੇ ਆ ਏਅਰ ਗਨ ਵੀ ਪਾਏ ਕਰ ਸਕਦੇ, ਜਿਹਨਾਂ ਨੂੰ ਸ਼ੌਂਕਿਆ ਤੌਰ 'ਤੇ ਰੱਖਣ ਦਾ ਸ਼ੌਂਕ ਆ, ਤਾਂ ਗਾਣਿਆਂ ਗੁਣਿਆਂ ਵਿੱਚ ਆਹੀ ਯੂਜ਼ ਕੀਤੀਆਂ ਹੁੰਦੀਆਂ, ਇਹੀ ਯੂਜ਼ ਕਰਦੇ ਜੀ। ਹਾਂ ਟਿਕਟੋਕ 'ਤੇ ਗਾਂ ਜਿਹੜੀਆਂ ਇਹ ਚੱਕੀ ਫਿਰਦੀਆਂ, ਕਹਿੰਦੀ ਅਸਲੀ ਬੰਦੂਕ ਖਲੀ। ਇੱਥੇ ਫੋਨ ਛੱਡ ਗਿਆ ਜੀ, ਇੱਥੇ ਮਿਲ ਗਿਆ ਜੀ। ਲਓ ਜੀ ਲਓ ਜੀ ਸਵੇਰ ਹੋ ਚੁੱਕੀ ਹੈ, ਸਹੀ ਗੱਲ ਹੈ ਜੀ। ਆਪ ਦੇਖੋ ਕਰੋ ਦਰਸ਼ਨ ਸਿਲਸਿਲੇ ਗੁਰੂ ਘਰ ਦੇ, ਅਤੇ ਹਜੇ ਅਸੀਂ ਆਪਣੇ ਮੂੰਹ ਦਿਖਾਉਣ ਦੇ ਲਾਈਕ ਨਹੀਂ ਹੈਗੇ। ਸਰਾਂ 'ਚ ਸੀਗੇ ਸੁੱਤੇ, ਸਰਾਂ ਕਹਿੰਦਾ ਰੂਮ 'ਚ ਦੇ ਸਕਦੇ ਤੁਸੀਂ, ਪਰ ਇਹ ਗੁਰੂ ਘਰ ਹੈ, ਬਹੁਤ ਸੋਹਣਾ ਸਜਾਵਟ ਆ। ਅਤੇ ਨਾ ਪਤਾ ਚੜੀਏ ਸਰੋਵਰਾਂ ਨੂੰ ਜੇ ਸਲਾਹ ਤਾਂ ਹੁਣ ਲੱਗੇ ਸੀ ਨਹਾਉਣ ਇੱਥੇ ਇੱਕ ਰੂਮ 'ਚ ਹੀ, ਕਹਿੰਦੇ ਨਹਿਰ 'ਚ ਨਹਾਉਣਾ ਬੰਦੇ, ਕਹਿੰਦੇ ਲੰਗਰ ਪੱਕਣ ਦੇ ਥੱਲੇ ਜੀ। ਅਤੇ ਲੰਗਰ ਹਾਲ ਵੀ ਉਹ ਸਾਹਮਣੇ ਆ ਜੀ, ਦੇਖ ਸਕਦੇ ਤੁਸੀਂ ਆਹ ਲੰਗਰ ਹਾਲ ਵਾਲਾ, ਆਹ ਸਾਰਾ ਇਹ ਵੱਡਾ ਲੰਗਰ ਹਾਲ ਆ ਇੱਥੇ। ਜਿੱਦਾਂ ਕਿ ਹੁਣ ਆਪਾਂ ਦੇਖ ਸਕਦੇ ਤੁਸੀਂ ਦਰਬਾਰ ਸਾਹਿਬ, ਆਪਾਂ ਦਰਬਾਰ ਹਾਲ, ਸ਼ਹਿਰ ਤਾਂ ਹੈਗੇ ਤੁਹਾਨੂੰ ਅਨੰਦਪੁਰ। ਤੁਹਾਨੂੰ ਆਪਾਂ ਨੈਣਾ ਦੇਵੀ ਵੀ ਦਿਖਾਉਂਦੇ ਹਾਂ ਜੇ ਉੱਥੋਂ ਦਿਸ ਪਏ ਤਾਂ, ਆਪਾਂ ਨੂੰ ਜੇ ਸਾਨੂੰ ਦਿਸੀ ਨਾ ਤਾਂ ਤੁਹਾਨੂੰ ਨੈਣਾ ਦੇਵੀ ਵੀ ਆਪਾਂ ਦਿਖਾਉਂਦੇ ਹਾਂ। ਅਤੇ ਚਲੋ ਵੀ ਇਹਨੂੰ ਚਲੀਏ ਆਪਾਂ ਥੱਲੇ ਹੋਏ। ਹਾਂਜੀ ਲਓ ਜੀ ਆਪਾਂ ਨਹਾ ਧੋ ਕੇ ਤਿਆਰ ਹੋ ਗਏ ਹਾਂ ਜੀ, ਹੁਣ ਪਾਣੀ ਪੂਣੀ ਪੀਂਦੇ ਸੀ ਭਰਾ ਅੱਡੇ, ਅਤੇ ਲਓ ਜੀ ਆਪਾਂ ਹੁਣ ਨਾ ਇਸ਼ਨਾਨ ਕਰ ਲਿਆ। ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨੂੰ ਆਪਾਂ ਨੂੰ ਇੱਥੋਂ ਲਾਗੇ ਦੀਦਾ ਆ, ਅਤੇ ਆਪਾਂ ਹੁਣ ਚੱਲੇ ਹਾਂ ਆਪਾਂ ਹੁਣ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜੀ। ਦਰਸ਼ਨ ਕਰਕੇ ਤੁਹਾਨੂੰ ਵੀ ਦਿਖਾਉਂਦੇ ਹਾਂ ਆਪਾਂ ਅਤੇ ਸਾਡੇ ਬਲੌਗ ਇੱਕ ਲੱਗਦਾ ਇਕੱਲਾ ਹੀ ਅਨੰਦਪੁਰ ਸਾਹਿਬ ਦਾ ਸਾਰਾ ਬਣਨਾ, ਤਿੰਨ ਬਲੌਗ ਸਾਡੇ ਬਣ ਜਾਣੇ ਆ। ਬਾਕੀ ਸਾਨੂੰ ਜਿੱਦਾਂ ਉਮੀਦ ਆ ਬਾਕੀ ਤਾਂ ਦਿਖਾਉਂਦੇ ਹਾਂ ਕਿੱਦਾਂ ਪਾਰਟ ਬਣਾ ਬਣਾ ਕੇ, ਫਿਰ ਇਹ ਸਾਰਾ ਕੁਝ ਘਰੇ ਹੀ ਬਹਿ ਕੇ ਐਡੀਟਿੰਗ ਤਸੱਲੀ ਦੇ ਨਾਲ ਕਰਾਂਗੇ ਆਪਾਂ ਜੀ। ਪਿੱਛੇ ਦੇਖ ਸਕਦੇ ਹਾਂ ਜੀ, ਚੱਲਦੇ ਆਪਾਂ ਅੱਗੇ ਵੱਧਦੇ ਆਪਣੇ ਭਰਾ ਦੇਖਦੇ ਕੀ ਕਰਦੇ ਹਾਂ। ਲਿਆ ਇਹਨਾਂ ਨੂੰ ਗੱਡੀ ਤੱਕ ਲਿਆ ਹੋਏ ਮੇਰੇ ਵੀਰੋ, ਸਵੇਰੇ ਸਵੇਰੇ ਹੁਣ ਪਕੌੜਿਆਂ ਨਾਲ ਚਾਹ ਦਾ ਲੰਗਰ ਛਕਿਆ ਜਾ ਰਿਹਾ, ਇੱਧਰ ਖਲੀ ਸਾਹਿਬ ਵੀ ਲੰਗਰ ਛਕ ਰਹੇ ਆ, ਅਤੇ ਲੰਗਰ ਛਕ ਕੇ ਆਪਾਂ ਅੱਗੇ ਵੱਧਦੇ ਫਿਰ। ਲੰਗਰ ਛਕ ਕੇ ਆਪਾਂ ਚਾਹ ਦਾ ਅਤੇ ਥੋੜ੍ਹੇ ਜਿਹੇ ਤਾਜ਼ਾ ਹੋਵਾਂਗੇ ਅਤੇ ਫਿਰ ਮੱਥਾ ਟੇਕਣ ਜਾਵਾਂਗੇ, ਤੁਹਾਨੂੰ ਫਿਰ ਬਾਕੀ ਸਾਰੇ ਕਲਿੱਪਾਂ ਦਿਖਾਵਾਂਗੇ। ਅਤੇ ਲਓ ਵੀ ਸੰਗਤੋ ਹੁਣ ਆਪਾਂ ਮੱਥਾ ਟੇਕ ਆਏ ਹਾਂ, ਅਤੇ ਤੁਹਾਨੂੰ ਦੇਖ ਸਕਦੇ ਸਾਹਿਬ ਬੜਾ ਚੜ੍ਹ ਗਿਆ, ਲੈਣ ਬਹੁਤ ਵੱਡੀ ਲੱਗੀ ਹੈ, ਅੰਦਰ ਫੋਨ ਨਹੀਂ ਲਾਊਡ ਸੀਗਾ ਜੀ, ਅੰਦਰ ਫੋਨ ਨਹੀਂ ਲਾਊਡ ਸੀਗਾ ਤਾਂ ਕਰਕੇ ਤੁਹਾਨੂੰ ਅੰਦਰ ਦੀ ਤਸਵੀਰਾਂ ਨਹੀਂ ਦਿਖਾ ਸਕੇ। ਚਲੋ ਫੋਨ ਖੋਲ ਲੈਂਦੇ ਨਾ ਮੇਲੇ ਦੇ ਟਾਈਮ 'ਤੇ, ਵੀ ਆਹ ਦੇਖੋ ਇੰਨੀ ਲੰਬੀ ਲਾਈਨ ਲੱਗੀ ਆ, ਹੋਰ ਵੀ ਉੱਪਰ ਕੋਈ ਸਜਾਵਟ ਨਹੀਂ, ਬਾਕੀ ਆਲੇ ਦੁਆਲੇ ਤੁਹਾਨੂੰ ਸਾਰਾ ਦਿਖਾ ਦਿੰਦੇ ਹਾਂ ਜੀ। ਬਾਕੀ ਤੁਸੀਂ ਦੇਖ ਸਕਦੇ ਸੰਗਤਾਂ ਭਰਪੂਰ ਆਈਆਂ ਆ, ਬਹੁਤ ਵੱਧ ਚੜ੍ਹ ਕੇ ਸੰਗਤਾਂ 'ਚ ਬਹੁਤ ਹੀ ਉਤਸ਼ਾਹ ਆ ਜੀ। ਦੇਖ ਸਕਦੇ ਸਜਾਵਟ ਕਿੰਨੀ ਵਧੀਆ ਕੀਤੀ ਗਈ ਹੈ ਜੀ ਵਿਸਾਖੀ ਦੇ ਮੌਕੇ 'ਤੇ। ਤੁਹਾਨੂੰ ਮਾੜਾ ਜਿਹਾ ਬਾਜ਼ਾਰ ਜਿਹਾ ਘੁੰਮਾਈਏ ਇੱਕ, ਚਲੋ ਤੁਹਾਨੂੰ ਗੁਰੂ ਕਾ ਬਾਜ਼ਾਰ ਘੁੰਮਾਉਂਦੇ ਹਾਂ। ਉਸਤਾਦ ਵਲੌਗ ਦਾ ਬਣਾ ਲਈਏ, ਉਸਤਾਦ ਨੂੰ ਗਾਲੀ ਪੈ ਗਈ ਮੇਰਾ ਭਰਾ ਪਹੁੰਚ ਵੇ ਤੂੰ, ਚੱਲ ਅਸੀਂ ਆਉਂਦੇ ਘੁੰਮਾ ਕੇ ਮਾੜਾ ਜਿਹਾ। ਉਹ ਮੇਰੀ ਗੱਲ ਸੁਣ, ਇਹ ਲਓ ਵੀ ਮੇਰਾ ਵੀਰ ਤੁਸੀਂ ਸਾਰੇ ਆਲੇ ਦੁਆਲੇ ਸੰਗਤਾਂ ਦਾ ਉਤਸ਼ਾਹ ਦੇਖ ਸਕਦੇ, ਕਿੰਨੀ ਸੰਗਤਾਂ ਵੱਧ ਚੜ੍ਹ ਕੇ ਆਈਆਂ ਆ, ਅਤੇ ਸਾਡੀਆਂ ਸੰਗਤਾਂ ਵੀ ਫੌਜਾਂ ਤਿਆਰ ਹੋ ਗਈਆਂ ਆ। ਅੱਗੇ ਅੱਗੇ ਦੇਖੋ ਹੋਤਾ ਹੈ ਕਿਆ, ਅੱਗੇ ਹੁਣ ਤੁਹਾਨੂੰ ਗੁਰੂ ਕੇ ਬਾਜ਼ਾਰ 'ਚ ਲੈ ਕੇ ਚੱਲੇ ਹਾਂ ਜੀ। ਨੂਪੀ ਕਿੱਥੇ ਰਹਿ ਗਿਆ, ਉਹ ਨੂਪੀ ਆ ਜਾ। ਲਓ ਵੀ ਮੇਰਾ ਵੀਰ ਹੁਣ ਗਾਂਹ ਵਧੇ ਜਾ ਰਹੇ ਆ, ਉਸਤਾਦ ਜੀ ਆ ਰਹੇ, ਉਹ ਕਹਿੰਦੇ ਵੀ ਅਸੀਂ ਟਰਾਲੀ ਚੱਲੇ ਹਾਂ, ਅਸੀਂ ਉਹਨੂੰ ਕਿਹਾ ਵੀ ਅਸੀਂ ਥੋੜ੍ਹਾ ਜਿਹਾ ਹੁਣ ਵਲੌਗ ਬਣਾ ਕੇ ਹੀ ਆਵਾਂਗੇ, ਦੇਖ ਸਕਦੇ ਹਾਂ ਜੀ। ਆਹ ਜਿੱਦਾਂ ਆਹ ਰਸਤਾ ਜਾਂਦਾ ਉੱਪਰ ਨੂੰ ਜੀ, ਹੁਣ ਆਪਾਂ ਥੱਲੇ ਨੂੰ ਜਾ ਰਹੇ ਹਾਂ, ਅਤੇ ਆਹ ਇੱਧਰ ਆ ਜੀ ਗੁਰੂ ਕਾ ਬਾਜ਼ਾਰ, ਇੱਧਰ ਤੁਸੀਂ ਤਸਵੀਰਾਂ ਪਾਏ ਕਰ ਸਕਦੇ ਜੀ ਗੁਰੂ ਸਾਹਿਬ ਦੀਆਂ। ਇੱਧਰ ਚੱਲ ਆ ਜਾ, ਇੱਧਰ ਆ ਜਾ, ਇੱਧਰ ਆ, ਇੱਧਰ ਆ ਦੇਖੋ ਜੀ ਸਾਰੇ ਮਤਲਬ ਸ਼ਸਤਰ ਕੀ ਚੀਜ਼
ਪਹਿਲਾਂ ਮੈਂ ਕਹਿੰਦਾ ਉਧਰੋਂ ਸ਼ੁਰੂ ਹੁੰਦੇ ਨਾ ਉਧਰੋਂ ਇੱਧਰ ਨੂੰ ਆਉਂਦੇ ਆ ਜੀ ਦਿਖਾ ਦੇ ਪਹਿਲਾਂ ਇੱਥੋਂ ਪ੍ਰੋਪਰ ਜੀ ਆ ਦੇਖੋ ਜੀ ਆ ਸਾਰਾ ਜਿਹੜਾ ਨਾ ਤੁਹਾਨੂੰ ਅਸਲਾ ਤੇ ਸ਼ਸਤਰ ਮਿਲਦੇ ਇੱਥੋਂ ਆਹ ਕੁਝ ਕਰਪਾਨਾ ਆ ਤੇ ਅੱਗੇ 에ਅਰ ਗਨਸ ਆ ਇਹ ਸਾਰੀਆਂ ਬਹੁਤ ਹੀ ਵਧੀਆ ਕੁਆਲਿਟੀ ਦੀ ਹੁੰਦੀਆਂ ਜੀ ਆ ਜਾ ਅੱਗੇ ਆ ਜਾ ਇੱਧਰ ਆ ਕੋਈ ਆ ਕਿੰਨਾ ਅਸਲਾ ਟੰਗਿਆ ਆ ਜੀ कट्टे माउजर ए सारे जिदा मतलब डुप्लीकेट होंगे सजावट वास्ते देख सकते हैं जी बाकी तो होर भी देख सकते हैं देखो सारी चीजें जी अवेलेबल है अपने चढ़दी ब्लॉग आना जी यूट्यूब कवर हो जाती अच्छा लंबा हो जाता ठीक है चल आ जाओ जी बाकी इतने न्याणे वास्ते चिड़ी छक्के भी ले जाते हैं और इधर इधर सारा बाजार दर्शन करो संगत वध चढ़ के आउंदियां विसाखी दे मेले दे इहदे तुसीं छल्ले छल्ले बाय कर सकते हैं बहुत ही वधिया छल्ले ਕਿੱਦਾਂ ਆ ਦੇਖੋ ਜੀ ਗਲੇਲ ਅੱਗੇ ਬਹੁਤ ਬਣਾਵਣਾ ਖੇਡਦੇ ਹੁੰਦੇ ਸੀਗੇ ਜੀ ਪਿੰਡਾਂ 'ਚ ਹਾਂਜੀ ਤੇ ਬਾਕੀ ਆ ਜੀ ਤੀਰ ਕਮਾਨ ਆ ਜੀ ਕ੍ਰੋਸ ਬੋ ਇਹ ਜੇ ਤੀਰ ਇੱਦਾਂ ਪਾ ਕੇ ਤੇ ਜੀ ਚਲਾਇਆ ਜਾਂਦਾ ਤੇ ਬਾਕੀ ਜਿਹੜਾ ਨੌਰ ਦਾ ਦਿਨ ਹੁੰਦੇ ਅੱਗੇ ਅੱਗੇ ਆ ਬਾਕੀ ਇਹਦਾ ਖਾਜ ਕਰਨ ਨੂੰ ਹੁੰਦਾ ਜੀ ਲੱਕ ਤੇ ਇਹਦਾ ਖਾਜ ਕੋਈ ਹੁੰਦੀ ਹੋਵੇ ਆ ਬਾਕੀ ਤੇ ਆਪਾਂ ਬੜੇ ਤੋਂ ਬਾਏ ਕਰ ਸਕਦੇ ਹਾਂ ਜੀ ਬਾਕੀ ਚੱਕਣੇ ਵੇਲਣੇ ਗੁਰੂ ਸਾਹਿਬ ਦੀਆਂ ਫੋਟੋਆਂ ਜੀ ਘਰੇ ਰੱਖਣੀਆਂ ਹੋਣ ਕਿਸੇ ਨੇ ਬਾਕੀ ਸੰਤਾਂ ਦੀ ਤਸਵੀਰ ਆ ਜੀ ਬਹੁਤ ਹੀ ਸੋਹਣਾ ਜੀ ਆ ਬਾਕੀ ਨਿਆਣਿਆਂ ਵਾਸਤੇ ਟੋਏ ਦੇ ਆ ਜੀ ਇੱਥੇ ਬਹੁਤ ਹੀ ਸੋਹਣੀ ਸਜਾਵਟ ਵਾਸਤੇ ਮਤਲਬ ਚੀਜ਼ਾਂ ਅਵੇਲੇਬਲ ਆ ਇਹ ਤੁਸੀਂ ਰੱਖ ਸਕਦੇ ਆ ਆਪਣੇ ਘਰੇ ਹੀ ਮਤਲਬ ਸ਼ੋਭਾ ਵਧਾਉਣ ਨੂੰ ਬਹੁਤ ਸੋਹਣੇ ਖੰਡੇ ਵਗੈਰਾ ਬਣੇ ਹੋਏ ਆ ਜੀ ਆਹ ਕੜੇ ਦੇਖ ਕੇ ਨੇ ਸੋਹਣੇ ਹਲੀ ਆਹ ਕੜੇ ਦੇਖ ਲੈਣੇ ਕੜੇ ਕੁੜੇ ਅਵੇਲੇਬਲ ਆ ਜੀ ਤੇ ਜਿੰਨਾ ਵੀਰਾਂ ਨੂੰ ਭਾਰੇ ਕੜੇ ਪਾਉਣ ਦਾ ਸ਼ੌਂਕ ਆ ਤੁਸੀਂ ਇੱਥੋਂ ਸਾਰੇ ਹਰੇਕ ਚੀਜ਼ ਬਾਏ ਕਰ ਸਕਦੇ ਆ ਭਾਈ ਕਿੰਨੇ ਦਾ ਕੜਾ ਜੀ ਆਹ ਉਸਤਾਦ ਜੀ ਕਿੰਨੇ ਦਾ ਕੜਾ ਜੀ ਆਹ 250 ਰੁਪਏ ਦਾ ਭਾਈ 250 ਰੁਪਏ ਦਾ ਸਹੀ ਸਹੀ ਬਿਲਕੁਲ ਜਾਇਜ਼ ਹੈ ਜੀ ਟਕਸਾਲੀ ਕੜਾ ਹੈ ਇਹ ਟਕਸਾਲੀ ਕੜਾ ਜੀ ਇਹ ਠੀਕ ਆ ਵੀਰ ਜੀ ਮਤਲਬ ਤੁਸੀਂ ਟਕਸਾਲੀ ਕੜੇ ਵੀ ਇੱਥੋਂ ਬਾਏ ਕਰ ਸਕਦੇ ਆ ਇੱਥੇ ਆ ਕੇ ਤੁਹਾਨੂੰ ਸਾਰੀਆਂ ਵਧੀਆ ਚੀਜ਼ਾਂ ਮਿਲਣਗੀਆਂ ਆ ਘੜੀ ਦੇਖੋ ਕਿੰਨੀ ਸੋਹਣੀ ਹੈ ਜੀ ਆਹ ਟਾਈਮ ਪੀਸ ਦੇਖੋ ਜੀ ਕਿੰਨਾ ਸੋਹਣਾ ਖੰਡੇ ਵਿੱਚ ਟਾਈਮ ਪੀਸ ਲੱਗਾ ਹੋਇਆ ਜੀ ਬਾਕੀ ਇੱਥੇ ਨਿਆਣਿਆਂ ਵਾਸਤੇ ਟੋਏ ਦੇ ਆ ਜੀ ਆਹ ਫੋਟੋਆਂ ਗੁਰੂ ਸਾਹਿਬ ਦੀਆਂ ਬਹੁਤ ਸੁੰਦਰ ਫੋਟੋਆਂ ਦੇ ਵਿੱਚ ਤਾਂ ਲਾਈਟਾਂ ਲੱਗੀਆਂ ਹੋਈਆਂ ਘਰੇ ਰੱਖੋਗੇ ਤੁਹਾਡੇ ਜੇ ਤੁਸੀਂ ਮਤਲਬ ਪਾਠ ਪੂਜਾ ਕਰਦੇ ਹੋ ਤਾਂ ਸਜਾਵਟ ਵਧੂਗੀ ਆਹ ਨਿਆਣਿਆਂ ਵਾਸਤੇ ਝਾਜ ਝੂਜ ਜਿੱਦਾਂ ਤੁਸੀਂ ਬਾਏ ਕਰ ਸਕਦੇ ਆ ਖਲੀ ਤੇ ਫੋਨ ਛੱਡ ਗਿਆ ਜੀ ਮਿਲ ਗਿਆ ਜੀ
ਸ਼ਸਤਰ ਜਦੋਂ ਆ ਦੇਖ ਕਰਤਾ ਜੀ ਵੀਰ ਬਹੁਤ ਬਹੁਤ ਮਿਹਰਬਾਨੀ ਆਪਣੇ ਸਬਸਕ੍ਰਾਈਬ ਕਰ ਲਿਆ ਵੀਰ ਨੇ ਆਊਗਾ ਵਲੌਗ ਹੁਣ ਫੋਨ ਗਵਾਚ ਗਿਆ ਜੀ ਉਸਤਾਦ ਦਾ ਲੱਭ ਲਿਆ ਜੀ ਆ ਯੂਟਿਊਬ ਤੇ ਵੀਡੀਓ ਆਉਣੀ ਤੁਹਾਡੀ ਗੁਰੂ ਕੇ ਬਾਜ਼ਾਰ ਦੀ ਮਤਲਬ ਸਭ ਤੋਂ ਸੁੰਦਰ ਦੁਕਾਨ ਜੀ ਆਹ ਲੱਗੀ ਆ ਮਤਲਬ ਸਾਰੀ ਚੀਜ਼ਾਂ ਇੱਥੇ ਬਹੁਤ ਹੀ ਸੁੰਦਰ ਤਰੀਕੇ ਨਾਲ ਰੱਖੀਆਂ ਗਈਆਂ ਕੜਾ ਲੈਣ ਲੱਗੇ ਜੀ ਆਪਣਾ ਭਰਾ ਟਕਸਾਲੀ ਕੜਾ ਬਾਏ ਕਰਨ ਲੱਗਾ ਆ ਇਹਦਾ ਟਕਸਾਲ ਦੇ ਫੈਨ ਆ ਜੀ ਹਥਿਆਰ ਦੇ ਤਰ੍ਹਾਂ ਵੀ ਯੂਜ ਕੀਤਾ ਜਾ ਸਕਦਾ ਜੀ ਇੱਕ ਤਿੱਖਾ ਹੁੰਦਾ ਜੀ ਬਾਕੀ ਜੀ ਤੁਸੀਂ ਗੱਡੀਆਂ ਵਿੱਚ ਰੱਖਣ ਨੂੰ ਅੱਗੇ ਸਜਾਵਟਾਂ ਯੂਜ ਕਰ ਸਕਦੇ ਆ ਜੀ ਬਹੁਤ ਹੀ ਸੁੰਦਰ ਬਣਿਆ ਸ਼੍ਰੀ ਸਾਹਿਬ ਆ ਜੀ ਆਪਣੇ ਜਿਹਨਾਂ ਵੀਰਾਂ ਨੇ ਅੰਮ੍ਰਿਤ ਛਕਿਆ ਲੋ ਵੀ ਆਪ ਛੱਲਾ ਬਹੁਤ ਹੀ ਸੁੰਦਰ ਪਸੰਦ ਆਇਆ ਆਪਣੀ ਜਿੱਦਾਂ ਤੁਸੀਂ ਰੱਖਿਆ ਵਾਸਤੇ ਆਪਣੇ ਕੋਲ ਰੱਖ ਸਕਦੇ ਆ ਫਿਰ ਤੁਹਾਡੇ ਕੋਈ ਹਮਲਾ ਹਮਲਾ ਕਰੇ ਤੇ ਬਲੇਡ ਦੀ ਕੁਆਲਿਟੀ ਦਾ ਫਰਕ ਆ ਨਾ ਵੀਰ ਜੀ ਤੁਸੀਂ ਇੱਥੇ ਵਿਜ਼ਿਟ ਕਰਕੇ ਆ ਸਰਦਾਰ ਸਾਹਿਬ ਨੂੰ ਮਿਲ ਕੇ ਚੀਜ਼ਾਂ ਬਾਏ ਕਰ ਸਕਦੇ ਆ ਜਿਹੜੀ ਤੁਹਾਨੂੰ ਪਸੰਦ ਆਉਣ ਖਲੀ ਸਾਹਮਣੇ ਨਵਾਂ ਕੜਾ ਪਾ ਲਿਆ ਜੀ ਤੇ ਬਾਕੀ ਚਲੋ ਹੁਣ ਵੱਧਦੇ ਆ ਅਗਲੀ ਦੁਕਾਨ ਵੱਲ ਜੀ ਆ ਜਿੱਦਾਂ ਲੱਕੜ ਦੇ ਕੰਘੇ ਤੁਸੀਂ ਲੈ ਸਕਦੇ ਜੀ ਜਿੱਦਾਂ ਇਹ ਕਹਿੰਦੇ ਵਧੀਆ ਹੁੰਦੇ ਆ ਬਾਕੀ ਨਿਆਣਿਆਂ ਵਾਸਤੇ ਢੋਲੀਆਂ ਢੋਲੀਆਂ ਤੁਸੀਂ ਲੈ ਜਾਂਦੇ ਆ ਜੀ ਆਹ ਛੱਲਾ ਉਸਤਾਦ ਜੀ ਦੇ ਕਰੋ ਦਰਸ਼ਨ ਖੰਟ ਵਾਲੇ ਮਾਂ ਦਾ ਛੱਲਾ ਵੀ ਤੁਸੀਂ ਲੈ ਸਕਦੇ ਆ ਜੀ ਹੋਰ ਵੀਰ ਜੀ ਤੁਸੀਂ ਤਾਂ ਲੱਕੜ ਦੇ ਕੰਘੇ ਬਾਏ ਕਰ ਸਕਦੇ ਆ ਆਹ ਸ਼ਸਤਰ ਆਹ ਪੁੱਛ ਕਿੰਨੇ ਦਾ ਹੋਵੇ ਸਰਦਾਰ ਸਾਹਿਬ ਆਹ ਕਿੰਨੇ ਦਾ ਜੀ 350 ਦਾ ਜੀ ਇਹ ਥੋੜਾ ਮਹਿੰਗਾ ਹੈਗਾ ਜੀ ਉੱਥੇ ਕਿੰਨੇ ਲੈ ਕੇ ਆਏ ਸੀ ਆਪਾਂ 250 ਦਾ ਲੈ ਕੇ ਆਏ ਬਾਬੇ ਬਗਾਲੀ ਦਾ ਬਹੁਤ ਫਰਕ ਗਿਆ ਜੀ ਚਲੋ ਆਜੋ ਗਾਂ ਆਜੋ ਆ ਬਾਕੀ ਆਹ ਦੇਖੋ ਡੈਕੋਰੇਸ਼ਨ ਵਾਸਤੇ ਜੀ ਟਰੈਕਟਰ ਕਿੰਨਾ ਸੋਹਣਾ ਬਣਿਆ ਹੋਇਆ ਨਿਆਣਿਆਂ ਦਾ ਕੈਦਾ ਜਿਹੜਾ ਹੈਗਾ ਉੜੀ ਅੜੇ ਦਾ ਸਾਰਾ ਹੀ ਮਤਲਬ ਦੀ ਛੱਲਾ ਲੈ ਜਾ ਤੇ ਸੋਹਣਾ ਲੱਗੂਗਾ ਜੀ ਲੋ ਆ ਜਾਓ ਅੱਗੇ ਬਾਕੀ ਵੀਰ ਜੀ ਤੁਸੀਂ ਇੱਧਰ ਵੀ ਦੇਖ ਸਕਦੇ ਆ ਜੀ ਕਿੰਨੇ ਸੋਹਣੀਆਂ ਸਜਾਵਟਾਂ ਬਣੀਆਂ ਹੋਈਆਂ ਜੀ ਆਪਣੇ ਵਾਸਤੇ ਤੁਸੀਂ ਬਾਏ ਕਰ ਸਕਦੇ ਆ ਗੁਰੂ ਕੇ ਬਾਜ਼ਾਰ ਵਿੱਚੋਂ ਅਤੇ ਹੋਰ ਅੱਗੇ ਤੁਹਾਨੂੰ ਹੁਣ ਦਿਖਾਉਂਦੇ ਵਿਜ਼ਿਟ ਕਰਕੇ ਆਹ ਦੇਖ ਕਿੰਨੇ ਸੋਹਣੇ ਬਣੇ ਹੋਏ ਨਾ ਇੱਧਰ ਸੀ ਆਹ ਵਾਲੀ ਦੁਕਾਨ ਦੀ ਸਪੈਸ਼ਲਿਟੀ ਮਤਲਬ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਚੀਜ਼ਾਂ ਲੱਕੜ ਦੀਆਂ ਮਿਲਣਗੀਆਂ ਲੱਕੜ ਦੇ ਤਰਾਸ਼ੀਆਂ ਹੋਈਆਂ ਬਹੁਤ ਹੀ ਸੋਹਣੀਆਂ ਚੀਜ਼ਾਂ ਇੱਥੇ ਅਵੇਲੇਬਲ ਆ ਅਤੇ ਆ ਕੇ ਇੱਥੇ ਬਾਏ ਕਰ ਸਕਦੇ ਹਾਂ ਜੀ ਹਾਂਜੀ ਹਾਂਜੀ ਉਸਤਾਦ ਜੀ ਵਲੌਗ ਮਾਰ ਰਿਹਾ ਜੀ ਆ ਜਾਣਾ ਬਸ ਪਰਸਨ ਨੂੰ ਆਪਣੇ ਚੈਨਲ ਤੇ ਕਰ ਲਓ ਸਬਸਕ੍ਰਾਈਬ 4 ਵਜੇ 300 ਬਾਕੀ ਜੀ ਪਿੱਛੇ ਪੁੱਛ ਰਹੇ ਸੀ ਉਸਤਾਦ ਜੀ ਕਿ ਤੁਹਾਡਾ ਵਲੌਗ ਬਣਦਾ ਪਿਆ ਇੱਧਰ ਵੀ ਸਾਰੀਆਂ ਲੱਕੜ ਦੀ ਜਿੱਦਾਂ ਦੁਕਾਨਾਂ ਆ ਲੱਕੜ ਦੀਆਂ ਗੋਲਕਾਂ ਆ ਜੀ ਮਣੀ ਬੈਂਕ ਇੱਧਰ ਅੱਗੇ ਜਾਣਾ ਚੰਗਾ ਉੱਧਰ ਬੋਲੀ ਸਾਹਿਬ ਚੱਲਦੇ ਆਪਾਂ ਫਿਰ ਵੀ ਇੱਕ ਵਾਰੀ ਫਿਨਿਸ਼ ਕਰ ਦਈਏ ਸਾਰਾ ਇੱਥੇ ਹੋ ਗਿਆ ਹੁਣ ਤਾਂ ਚਲੋ ਠੀਕ ਹੈ ਜੀ ਇੱਧਰ ਤੁਹਾਨੂੰ ਸਾਰਾ ਗੁਰੂ ਕਾ ਬਾਜ਼ਾਰ ਦਿਖਾ ਦਿੱਤਾ ਜੀ ਹੁਣ ਬਾਕੀ ਗਾਂਹ ਚੱਲਦਾ ਇਹ ਏਅਰ ਗਨ ਹੁੰਦੀਆਂ ਨਾ
ਬਾਕੀ ਉਸਤਾਦ ਜੀ ਤੁਸੀਂ ਇੱਥੇ ਆਣ ਕੇ ਆ ਏਅਰਗਨ ਵੀ ਬਾਏ ਕਰ ਸਕਦੇ ਜਿਹਨਾਂ ਨੂੰ ਸ਼ੌਂਕਿਆ ਤੌਰ 'ਤੇ ਰੱਖਣ ਦਾ ਸ਼ੌਂਕ ਆ ਤਾਂ ਗਾਣਿਆਂ ਗੁਣਿਆਂ ਵਿੱਚ ਆਹੀ ਯੂਜ਼ ਕੀਤੀਆਂ ਹੁੰਦੀਆਂ ਇਹੀ ਯੂਜ਼ ਕਰਦੇ ਜੀ ਹਾਂ ਟਿਕਟੋਕ 'ਤੇ ਗਾਂ ਜਿਹੜੀਆਂ ਇਹ ਚੱਕੀ ਫਿਰਦੀਆਂ ਕਹਿੰਦੀ ਅਸਲੀ ਬੰਦੂਕਾਂ ਚਲੋ ਵੀ ਹੁਣ ਆਪਾਂ ਵੱਧ ਰਹੇ ਹਾਂ ਅੱਗੇ ਤੁਹਾਨੂੰ ਗਾਂ ਹੁਣ ਮਿਲ ਕੇ ਦਿਖਾਉਂਦੇ ਹਾਂ ਜੀ ਬਸ ਸਾਡੇ ਵਲੌਗ ਨਾਲ ਜੁੜੇ ਰਹੋ ਇੱਧਰ ਆਪਣੇ ਹੋਰ ਵੀਰ ਤੁਰੇ ਜਾ ਰਹੇ ਆ ਜੀ ਪੂਰਾ ਆਨੰਦ ਆ ਰਿਹਾ ਜੀ ਵੀਰ ਦੇਖਦੇ ਕੇ ਹੱਸਦੇ ਸੀਗੇ ਕਿ ਇਹ ਕੀ ਕਰਨ ਦੇ ਆ ਪਰ ਅਸੀਂ ਬਸ਼ਰਮੇ ਆ ਜੀ ਅਸੀਂ ਇੱਦਾਂ ਕੈਮਰਾ ਚੁੱਕੀ ਰੱਖਣਾ ਅੱਜ ਜੀ ਆਹੋ ਤੁਹਾਨੂੰ ਅੱਗੇ ਆਪਾਂ ਨੂੰ ਗੋਲੀ ਸਾਹਿਬ ਵਾਲਾ ਵਿਆਹ ਦਿਖਾਉਂਦੇ ਆ ਜੀ ਅਤੇ ਇੱਧਰ ਦੇਖਿਓ ਜੀ ਦਸ਼ਮੇਸ਼ ਹਾਲ ਆ ਚੁੱਕੇ ਹਾਂ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਪੰਡਾਲ ਲੱਗਦਾ ਜੀ ਸਭ ਤੋਂ ਪਹਿਲਾਂ ਲੰਗਰ ਹਾਲ ਇਹ ਹੁੰਦਾ ਸੀਗਾ ਅੱਛਾ ਪਹਿਲਾਂ ਜੀ ਲੰਗਰ ਹਾਲ ਇਹ ਹੁੰਦਾ ਸੀਗਾ ਹੁਣ ਦੂਜੇ ਪਾਸੇ ਵੱਡਾ ਲੰਗਰ ਹਾਲ ਤਿਆਰ ਕੀਤਾ ਗਿਆ ਜੀ ਜਿੱਦਾਂ ਜਿੱਦਾਂ ਸੰਗਤਾਂ ਦਾ ਰੁਝਾਨ ਵੱਧਦਾ ਗਿਆ ਤਾਂ ਗਾਂ ਫਿਰ ਲੰਗਰ ਹਾਲ ਵੱਡੇ ਹੁੰਦੇ ਗਏ ਬਾਕੀ ਤੁਸੀਂ ਤਾਂ ਦੇਸੀ ਦਵਾਈਆਂ ਵੀ ਬਾਏ ਕਰ ਸਕਦੇ ਹਾਂ ਇਹ ਦੇਸੀ ਦਵਾਈਆਂ ਦੇਸੀ ਦਵਾਈਆਂ ਮਿਲਦੀਆਂ ਜੀ ਇੱਥੇ ਵੀ ਬਾਏ ਕਰ ਸਕਦੇ ਜੀ ਜਿਹਨੂੰ ਜਿਹੜਾ ਰੋਗ ਹੋਵੇ ਦੱਸ ਕੇ ਚਲੋ ਜੀ ਹੋਰ ਮੇਰਾ ਵੀਰ ਜੀ ਇੱਧਰ ਵੀ ਦੇਸੀ ਦਵਾਈਆਂ ਮਿਲਦੀਆਂ ਜੀ ਉਹ ਤੂੰ ਲੈ ਲਾ ਕੁਛ ਤੂੰ ਆਪਣੀ ਤੂੰ ਮੋਟਾ ਮੋਟਾ ਹੋਣ ਵਾਲੀ ਦਵਾਈ ਕੋਈ ਲੈ ਲਾ ਲੈਣਾ ਤਾਂ ਕਿ ਭੁੱਖ ਭੁੱਖ ਘੱਟ ਲੱਗਦੀ ਮੁੰਡੇ ਨੂੰ ਜਿਹਦਾ ਥੋੜ੍ਹੀ ਜੀ ਇਹ ਜੀ ਬੰਦਾ ਗੁੱਸਾ ਕਰ ਜਾਂਦਾ ਜੀ ਥੋੜ੍ਹਾ ਜਿਹਾ ਜੀ ਬਚ ਕੇ ਰਹਿੰਦੇ ਇਹਦੇ ਕੋਲੋਂ ਜੀ ਬਾਕੀ ਅੱਗੇ ਤੁਸੀਂ ਦੇਖ ਸਕਦੇ ਹੋ ਸੰਤਾਂ ਦੀ ਜਿੱਥੇ ਫੋਟੋ ਹੁੰਦੀ ਉੱਥੇ ਦਿਲ ਖੁਸ਼ ਹੋ ਜਾਂਦਾ ਜੀ ਦੇਖ ਕੇ ਬਾਕੀ ਕੁਛ ਦੁਕਾਨਾਂ ਲੱਗ ਰਹੀਆਂ ਅਤੇ ਕੁਛ ਦੁਕਾਨਾਂ ਲਾ ਚੁੱਕੇ ਆ ਦੱਸਿਆ ਇੱਥੇ ਜੀ ਦੇਖੋ ਜੀ ਇੱਥੇ ਛਬੀਲ ਲੱਗਣੀ ਆ ਜੀ ਬਹੁਤ ਸਵਾਦ ਛਬੀਲ ਬਣਾਉਂਦੇ ਆ ਮੇਰੇ ਵੀਰ ਥੋੜ੍ਹੀ ਦੇਰ ਤੱਕ ਛਬੀਲ ਸ਼ੁਰੂ ਹੋ ਜਾਣੀ ਇੱਥੇ ਫਿਰ ਜ਼ਰੂਰ ਪੀ ਕੇ ਜਾਵਾਂਗੇ ਅਤੇ ਲਓ ਵੀ ਆ ਬੰਦੇ ਇੱਥੇ ਪੀਪਣੀਆਂ ਵੇਚ ਰਹੇ ਆ ਬਾਈ ਵਜਾ ਕੇ ਦਿਖਾਈ ਪੀਪਣੀ ਵਜਾ ਕੇ ਦਿਖਾਈ ਲਓ ਵੀ ਚੈੱਕ ਕਰ ਸਕਦੇ ਇੰਨੀ ਰੇਂਜ ਆ ਜੀ ਇਹਦੀ ਰੇਂਜ ਬਹੁਤ ਫੜਦਾ ਹੈ ਐਂਟੀਨਾ ਇਹਦਾ ਆ ਇਹਦਾ ਜਾ ਭਾਈ ਇੱਧਰ ਵਜਾਈ ਪੀਵਣੀ ਕਰੀ ਇਹਦੀ ਰੇਂਜ ਵੱਧਦਾ ਜੀ ਇਹ 5G ਆ ਗਿਆ ਅੱਗੇ ਜੀ ਇਹਦੀ ਦੇਖ ਸਕਦੇ ਅੱਗੇ ਜੀ ਜਿੱਦਾਂ ਜਿਹਨੂੰ ਐਮਰਜੈਂਸੀ ਹੋਵੇ ਟੋਇਲਟਸ ਵੀ ਜਾ ਸਕਦੇ ਆ ਫਲੱਸ਼ਾਂ ਵੀਰਾਂ ਲਈ ਅਤੇ ਬੀਬੀਆਂ ਲਈ ਅਤੇ ਬਾਕੀ ਹੁਣ ਤੁਸੀਂ ਇੱਧਰ ਪਹੁੰਚ ਚੁੱਕੇ ਹਾਂ ਮਤਲਬ ਜਿੱਥੇ ਖਾਣ ਪੀਣ ਦਾ ਸਮਾਨ ਜਿੱਦਾਂ ਗੋਲੀ ਵਾਲਾ ਪੱਤਾ ਹੋ ਗਿਆ ਜੀ ਇੱਦਾਂ ਦੀ ਚੀਜ਼ਾਂ ਤੁਹਾਨੂੰ ਅਵੇਲੇਬਲ ਜਿੱਦਾਂ ਵੇਲ ਪੁੜੀ ਖਾਣ ਦੇ ਕਈ ਲੋਕ ਬਹੁਤ ਸ਼ੌਕੀਨ ਹੁੰਦੇ ਆ ਵੇਲ ਪੁੜੀ ਖਾ ਸਕਦੇ ਆ ਜੀ ਗੋਲ ਗੱਪੇ ਜੋ ਮਤਲਬ ਸਾਰੇ ਮਤਲਬ ਤਰ੍ਹਾਂ ਦੀਆਂ ਇੱਥੇ ਚੀਜ਼ਾਂ ਅਵੇਲੇਬਲ ਆ ਲੋਕ ਤਾਂ ਬਹੁਤ ਹੀ ਵੱਧ ਚੜ੍ਹ ਕੇ ਆਉਂਦੇ ਆ ਅਤੇ ਖਾਂਦੇ ਪੀਂਦੇ ਆ ਨਜ਼ਾਰੇ ਲੈਂਦੇ ਆ ਗੁਰੂ ਦੇ ਨਗਰੀ ਦੇ ਦਰਸ਼ਨ ਕਰਦੇ ਬਾਕੀ ਤਾਂ ਤੁਸੀਂ ਪ੍ਰਸ਼ਾਦ ਬਾਏ ਕਰ ਸਕਦੇ ਆ ਜੀ ਇਹਨਾਂ ਸੰਗਤਾਂ ਨੇ ਜਿੱਦਾਂ ਘਰਾਂ ਵਾਸਤੇ ਆਪਣੇ ਪ੍ਰਸ਼ਾਦ ਲੈ ਕੇ ਜਾਣਾ ਹੁੰਦਾ ਆ ਬਹੁਤ ਹੀ ਖੁਸ਼ੀ ਨਾਲ ਲੈ ਕੇ ਜਾਂਦੇ ਆ ਉਹ ਆਪਣਾ ਅਤੇ ਦੇਖੋ ਜੀ ਇੱਧਰ ਬਾਕੀ ਹਥਿਆਰ ਪਏ ਬੇਸਬਾਲ ਬੈਟ ਪਏ ਆ ਜੀ ਇਹ ਵੀ ਤੁਸੀਂ ਲੈ ਸਕਦੇ ਆ ਆਪਣੀ ਪ੍ਰੋਟੈਕਸ਼ਨ ਲਈ ਅਤੇ ਬਾਕੀ ਉਹ ਟਰੈਕਟਰ ਦੀ ਤਿਆਰੀ ਪੂਰੀ ਕਰ ਰਹੇ ਆ ਵੀਰ ਜੀ ਆ ਆਪਣੇ ਵੀਰ ਆ ਗਏ ਆ ਹੋਰ ਵੀਰ ਜੀ ਕਿੱਦਾਂ ਹੋ ਗਏ ਤਿਆਰ ਠੀਕ ਹੈ ਜੀ ਅਸੀਂ ਵੀ ਹੁਣ ਲਗਭਗ ਬਹੁਤ ਵਧੀਆ ਵਲੌਗ ਬਣਾ ਲਿਆ ਜੀ ਇੱਥੇ ਦਾ ਬਾਕੀ ਹੁਣ ਤੁਹਾਨੂੰ ਗਾਂਹ ਦਿਖਾਵਾਂਗੇ ਕੁਛ ਵੀਰ ਪਹੁੰਚ ਚੁੱਕੇ ਆ ਅਤੇ ਹੁਣ ਤਿਆਰੀਆਂ ਖਿੱਚੀਆਂ ਪੂਰੀਆਂ ਵੀਰਾਂ ਨੇ ਐਨ ਪੂਰੇ ਆਨੰਦਦਾਰ ਤਰੀਕੇ ਨਾਲ ਬਹਿ ਕੇ ਫੋਟੋਆਂ ਖਿੱਚ ਰਹੇ ਆ ਹਾਲੇ ਕੁਛ ਕੁ ਵੀਰ ਸੁਸਤ ਆ ਚਾਹ ਚੂਹ ਪੀਓ ਮੇਰਾ ਵੀਰ ਚਾਹ ਚੂਹ ਪੀਓ ਜੀ ਚਲੋ ਜੀ ਲੰਗਰ ਛਕਣ ਚੱਲੇ ਹਾਂ ਜੀ ਹੁਣ ਹਾਂਜੀ ਉਸਤਾਦ ਜੀ ਗੁੱਡ ਮੋਰਨਿੰਗ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸੁਣਾਓ ਜੀ ਕੀ ਹਾਲ ਆ ਲਓ ਦੇਖੋ ਜੀ 6 ਬੂਹਰ ਲਾਏ ਜੀ 2 ਪਾਈਨਰ ਦੇ ਆ ਜੀ ਬਾਕੀ ਕਿੱਕਰ ਦੇ ਬੂਹਰ ਲੱਗੇ ਜੀ ਅਤੇ ਬਾਕੀ ਰਾਤੀ ਨੀਂਦ ਨੂੰ ਵਧੀਆ ਜੀ ਚਲੋ ਠੀਕ ਆ ਮੇਰਾ ਵੀਰ ਹੁਣ ਗਾਂਹ ਵੱਧਦੇ ਆ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਥੱਲੇ ਲਾਏ ਆ ਰੂਟਸ ਦੇ ਔਰ ਬਾਕੀ ਪੀਪਣੀਆਂ ਗੁਪਤ ਤਰੀਕੇ ਨਾਲ ਲਾਈਆਂ ਜੀ ਆਪਣਾ ਚੈਨਲ ਹੈਗਾ ਯਾਰ ਵੇਲੀ 306 ਠੀਕ ਹੈ ਵੀਰ ਜੀ ਸਬਸਕ੍ਰਾਈਬ ਕਰ ਲਓ ਅੱਜ 500 ਸਬਸਕ੍ਰਾਈਬ ਕਰ ਲੈਣੇ ਆ ਆਪਾਂ ਆ ਜਾਓ ਵੀਰ ਜੀ ਚਲੀਏ ਇੱਧਰ ਜਾਣਾ ਜੀ ਹਾਂ ਹਾਂ ਆ ਬਾਕੀ ਇੱਧਰ ਵੀ ਦੇਖ ਸਕਦੇ ਟਰੈਕਟਰ ਬਹੁਤ ਸੁੰਦਰ ਤਿਆਰ ਕੀਤਾ ਗਿਆ ਉਹਦੇ ਟੇਪ ਕਰਾਈ ਆ ਫੌਜੀਆਂ ਵਾਲੀ ਹਾਂ
ਚੱਲ ਚੱਲ ਹਾਂਜੀ ਮੈਸੀ ਦੇ ਵੀ ਮਤਲਬ ਸ਼ੌਂਕ ਹੀ ਆ ਆਪਾਂ ਤੀਜੇ ਵਲੋਗ ਤੁਹਾਨੂੰ ਸਾਰਾ ਕੇਸਗੜ੍ਹ ਸਾਹਿਬ ਦਾ ਗੁਰੂ ਦਾ ਬਾਜ਼ਾਰ ਦਿਖਾਇਆ ਅਤੇ ਤੁਸੀਂ ਜ਼ਰੂਰ ਦੇਖ ਕੇ ਦੱਸਿਓ ਤੁਹਾਨੂੰ ਆਨੰਦ ਆਇਆ ਦੇਖ ਕੇ 30 ਚੀਜ਼ਾਂ ਦੇਖੀਆਂ ਹੋਣਗੀਆਂ ਕੀ ਇੱਥੇ ਮਤਲਬ ਬਾਏ ਕਰਨ ਨੂੰ ਮਿਲਦਾ ਆ ਅਤੇ ਹੁਣ ਚੌਥੇ ਵਲੋਗ 'ਚ ਤੁਹਾਨੂੰ ਦਰਿਆ ਦਿਖਾਵਾਂਗੇ ਦਰਿਆ ਵਿੱਚ ਜਾ ਕੇ ਕਿੱਦਾਂ ਸਾਰੇ ਜਾਣੇ ਨਹਾਤੇ ਅਤੇ ਉੱਥੇ ਜਾ ਕੇ ਅਤੇ ਉੱਥੇ ਟਰੈਕਟਰ ਡੁੱਬਣ ਲੱਗਾ ਡੁੱਬ ਗਿਆ ਆ ਅਤੇ ਉੱਥੇ ਤੁਹਾਨੂੰ ਦਿਖਾਵਾਂਗੇ ਕੀ ਹਾਦਸਾ ਉਹ 'ਚ ਹੋਇਆ ਜੀ ਅਤੇ ਨਾਲੇ ਉਹ ਡੁੱਬਣ ਤੋਂ ਬਾਅਦ 'ਚ ਉਹ ਬਾਅਦ 'ਚ ਟੋਜਨ ਪਾ ਕੇ ਕੱਢਿਆ ਉਹਨਾਂ ਦਾ ਆਪਾਂ ਕੱਢਿਆ ਜੀ ਹਾਂਜੀ ਡੁੱਬ ਗਿਆ ਜੀ ਟਰੈਕਟਰ ਪੂਰਾ ਵਜੇ ਤੁਸੀਂ ਇਹ ਦੇਖੀ ਕਿ ਬੰਦੇ ਦੀ ਜਾਨ ਬਚ ਗਈ ਕਿ ਨਹੀਂ ਬਚੀ ਤੁਹਾਨੂੰ ਇਹ 'ਚ ਇੰਟਰਸਟ ਆਉਣਾ ਚਾਹੀਦਾ ਦੇਖਣ ਨੂੰ ਨਾਲ ਹੀ ਤੂੰ ਅਤੇ ਨਾਲੇ ਜੀ ਦੂਜੀ ਗੱਲ ਇਹ ਗੁਰੂ ਦੇ ਬਾਜ਼ਾਰ 'ਚੋਂ ਹਰੇਕ ਚੀਜ਼ ਅਵੇਲੇਬਲ ਆ ਤੁਸੀਂ ਉੱਥੋਂ ਆਪਣੀ ਚੀਜ਼ ਕੋਈ ਵੀ ਘਰ ਵਾਸਤੇ ਬਾਏ ਕਰ ਸਕਦੇ ਆ ਸਜਾਵਟ ਵਾਸਤੇ ਜਾਂ ਹਥਿਆਰ ਵਾਸਤੇ ਆਪਣੀ ਪ੍ਰੋਟੈਕਸ਼ਨ ਵਾਸਤੇ ਚੀਜ਼ਾਂ ਸਾਰੀਆਂ ਬੈਸਟ ਆ ਜੀ ਉੱਥੇ ਮੈਂ ਆਪਣਾ ਫੋਨ ਵੀ ਗਵਾ ਲਓ ਵੀ ਹੁਣ ਇੱਥੇ ਬਲੌਗ ਦੀ ਕਰਦੇ ਹਾਂ ਸਮਾਪਤੀ ਅਤੇ ਹੁਣ ਅਗਲਾ ਬਲੌਗ ਲਈ ਜੁੜੇ ਰਹੋ ਚੈਨਲ ਦੇ ਨਾਲ ਅਤੇ ਜਿਹੜੇ ਮੇਰੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਲਵ ਯੂ ਆਲ ਟੇਕ ਕੇਅਰ।